श्री मुक्तसर साहब विखे पुलिस अते वकीलां दे विचकार चल रही तकरार नूं लैके जिले दीआं वख-वख किसान जथेबंदियां समाज सेवी संस्थावां अते आम लोकां दे वल्लों मुख्यमंत्री भगवंत मान दे नाम दे उत्ते जिले दे डिप्टी कमिश्नर नूं मंग पत्र सौंपिया गया। जिक्र योग है कि इस मौके वख-वख संस्थावां दे आगुआं ने कहा कि नशे की लड़ाई लड़न लई सानूं इकमुट होण दी लोड़ है। जेकर अजिहे विवाद चलदे रहणगे तां नशे दे सौदागर इस लड़ाई दा फायदा लैके अपने धंधे नूं होर करन दे विच सफल हो जाणगे। उन्होंने इस मौके मुख्यमंत्री भगवंत मान दे नाम दे उत्ते मंग पत्र सौंपदे होए कहा कि इस मामले दा हल बैठ के कर लिया जावे तां पंजाब दे लई बेहतर होवेगा। उन्होंने इस मौके वकील भाईचारे ते पुलिस प्रशासन नूं सच सामने लिआउण दी अपील कीती। अज्ज ये मंग करदे ने ਵੀ ਜਿਹੜਾ ਪਿਛਲੇ ਸਮੇਂ ਪਿਛਲੇ ਦੋ ਦਿਨਾਂ ਤੋਂ ਜਿਹੜਾ ਮੁਕਤਸਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਨਸ਼ੇ ਦਾ ਆਸਮੇ ਟਸਲ ਬਣੀ ਹੋਈ ਹੈ ਪੁਲਿਸ ਤੇ ਵਕੀਲਾਂ ਦੀ, ਉਹਦੇ ਵਿੱਚ ਨਸ਼ਾ ਤਸਕਰੀ ਹਾਵੀ ਹੋ ਰਹੇ ਨੇ। ਨਸ਼ਾ ਤਸਕਰੀਆਂ ਨੂੰ ਫਾਇਦਾ ਮਿਲੂਗਾ। 2019 ਦੇ ਵਿੱਚ ਇਹ ਘਟਨਾ ਹੋਈ ਸੀ, ਕੋਟਲੀ ਦੇ ਵਿੱਚ ਕਮੇਟੀ ਬਣਦੀ ਆ, ਇਮਾਨਦਾਰੀ ਨਾਲ ਕੰਮ ਕਰਦੇ ਆ, ਕੱਲ੍ਹ ਪੂਰੇ ਪੰਜਾਬ 'ਚ ਜਾਂਦੀ ਆ, ਉੱਥੇ ਨੌਜਵਾਨ ਦੇ ਪੱਟ 'ਚ ਫਾਇਰ ਮਾਰਿਆ ਜਾਂਦਾ ਅਤੇ ਨਸ਼ਾ ਕਮੇਟੀ ਨੂੰ ਖਤਮ ਕੀਤਾ ਗਿਆ ਅਤੇ ਨਸ਼ਾ ਤਸਕਰੀ ਹਾਵੀ ਹੋ ਗਏ। 2023 ਦੇ ਵਿੱਚ ਅੱਜ ਫਿਰ ਲਹਿਰ ਉੱਠੀ ਹੈ ਜੀ, ਅਤੇ ਅੱਜ ਕੁਛ ਇਮਾਨਦਾਰ ਅਫਸਰ, ਅਸੀਂ ਮੁਰਦਾਬਾਦ ਹੀ ਨਹੀਂ ਆਉਂਦੇ, ਅਸੀਂ ਜਿੰਦਾਬਾਦ ਵੀ ਆਉਂਦੇ ਹਾਂ ਜੇ ਕੋਈ ਚੰਗਾ ਕੰਮ ਕਰਦਾ। ਰਮਨ ਕੁਮਾਰ ਕੰਬੋਜ ਜਿਹੜਾ ਕੋਟ ਭਾਈ ਦੇ ਵਿੱਚ 13 ਮਹੀਨੇ ਲਾ ਕੇ ਆਇਆ, ਉਹਨੇ ਨਸ਼ੇ 'ਤੇ ਅਹਿਮ ਕੰਮ ਕੀਤਾ, ਆਪਦਾ ਰੋਲ ਨਿਭਾਇਆ। ਠੀਕ ਹੈ, ਸਾਡੇ ਵਕੀਲ ਭਾਈਚਾਰੇ ਨਾਲ ਜੇ ਕੋਈ ਘਟਨਾ ਹੋਈ ਹੈ ਉਸ ਨੂੰ ਇੱਕ ਤਰੀਕੇ ਦੇ ਨਾਲ ਸੁਲਝਾਇਆ ਜਾ ਸਕੇ, ਨਜਾਇਜ਼ ਕਿਸੇ ਵੀ ਅਫਸਰ ਨੂੰ ਬਲੀ ਦਾ ਬੱਕਰਾ ਨਾ ਬਣਾਇਆ ਜਾ ਸਕੇ। ਇਸ ਤਸਲ ਦੇ ਵਿੱਚ ਨਸ਼ਾ ਤਸਕਰੀ ਹਾਵੀ ਹੋ ਗਏ ਅਤੇ ਲੋਕਾਂ ਦੇ ਵਿੱਚ ਇੱਕ ਮੈਸੇਜ ਗਿਆ ਵੀ ਹੁਣ ਪੁਲਿਸ ਨੇ ਕਾਰਵਾਈ ਨਹੀਂ ਕਰਨੀ, ਨਸ਼ੇ ਵਾਲਿਆਂ ਨੂੰ ਫੜੂਗਾ ਕੌਣ, ਅਤੇ ਮਾਵਾਂ ਦੀਆਂ ਕੁੱਖਾਂ ਤਾਂ ਅੱਗੇ ਉੱਜੜ ਰਹੀਆਂ ਨੇ। ਇਸ ਕਰਕੇ ਪੁਲਿਸ ਨੂੰ ਵੀ ਅੱਗੇ ਸਾਡੀ ਪੁਲਿਸ ਦੀ ਕਾਰਵਾਈ 'ਤੇ ਢਿੱਲੀ ਅਤੇ ਕਾਰਗੁਜ਼ਾਰੀ 'ਤੇ ਸਵਾਲ ਰਹੇ ਨੇ ਅਤੇ ਜੇ ਪੁਲਿਸ 'ਤੇ ਪਰਚੇ ਦਰਜ ਹੋ ਗਏ ਅਤੇ ਪੁਲਿਸ ਨੂੰ ਇੱਕ ਮੈਸੇਜ ਇਹ ਦੇਣਗੇ ਵੀ ਸਾਡੇ ਵੱਸ ਨਹੀਂ, ਸਾਡੇ 'ਤੇ ਤਾਂ ਪਰਚੇ ਦਰਜ ਕੀਤੇ ਜਾਂਦੇ ਨੇ ਅਤੇ ਅਸੀਂ ਨਸ਼ੇ ਵਾਲਿਆਂ ਨੂੰ ਕਿਵੇਂ ਫੜੀਏ ਅਤੇ ਕਿਵੇਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਊਗਾ, ਕਿਵੇਂ ਮਾਵਾਂ ਦੀਆਂ ਕੁੱਖਾਂ ਬਚਣਗੀਆਂ। ਇਸ ਕਰਕੇ ਅਸੀਂ ਵਕੀਲ ਭਾਈਚਾਰੇ ਨੂੰ ਅਤੇ ਪੁਲਿਸ ਪ੍ਰਸ਼ਾਸਨ ਨੂੰ, ਸੋਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਤੇ ਪੰਜਾਬ ਸਰਕਾਰ ਨੂੰ ਅਤੇ ਇੱਥੋਂ ਦੇ ਜੱਜ ਸਾਹਿਬਾਨਾਂ ਨੂੰ, ਕੋਰਟਾਂ ਨੂੰ ਇਹ ਬੇਨਤੀ ਕਰਦੇ ਹਾਂ ਮਿਲ ਜੁਲ ਕੇ ਮੋਢੇ ਨਾਲ ਮੋਢਾ ਲਾ ਕੇ ਇਸ ਨਸ਼ੇ ਦੀਆਂ ਜੜ੍ਹਾਂ ਪੱਟੀਏ ਅਤੇ ਜੇ ਅਸੀਂ ਟਸਲਾਂ 'ਚ ਪੈ ਗਏ ਫਿਰ ਪੰਜਾਬ ਦੀ ਜਵਾਨੀ ਅਤੇ ਕਿਸਾਨੀ ਬਰਬਾਦ ਹੋ ਜੂਗੀ। ਇਹ ਅੱਜ ਸਾਨੂੰ ਮੰਗ ਪੱਤਰ ਦੇ ਰਹੇ ਹਾਂ ਕਿਸਾਨ ਯੂਨੀਅਨ ਦੀ ਉਗਰਾਹਾਂ ਜਥੇਬੰਦੀ ਵੱਲੋਂ। ਅੱਜ DC ਸਾਹਿਬ ਦੇ ਦਫ਼ਤਰ ਦੇ ਅੱਗੇ ਧਰਨਾ ਦਿੱਤਾ ਗਿਆ ਸੀ। ਉਹਨਾਂ ਨੇ ਇਹ ਪ੍ਰਸ਼ਾਸਨ ਦੇ ਜ਼ਰੀਏ ਧਿਆਨ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪਿਛਲੇ ਦਿਨ ਹੀ ਇੱਕ ਪਰਚਾ NDPS ਐਕਟ ਦੇ ਤਹਿਤ ਕੋਈ ਵਕੀਲ ਸਾਹਿਬ 'ਤੇ ਹੋਇਆ ਸੀ, ਜਿਹਦੀ ਕਿ ਜਿਹੜੀ ਬਾਰ ਕੌਂਸਲ ਵੱਲੋਂ ਮੁਕਤਸਰ ਵੱਲੋਂ ਮੁਖਾਲਫਤ ਕੀਤੀ ਗਈ ਸੀਗੀ। ਇਹ ਸਾਰਿਆਂ ਦੇ ਪ੍ਰੈਸ 'ਤੇ ਵੀ ਧਿਆਨ 'ਚ ਹੈ, ਇਹ ਸਾਰੇ ਲੀਡਿੰਗ ਡੇਲੀਜ਼ 'ਚ ਵੀ ਆਈ ਹੈ। ਉਹਦੇ ਵਿੱਚ ਇਹਨਾਂ ਵੱਲੋਂ ਇਹ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਸੀਗਾ ਵੀ ਜੇ ਪੁਲਿਸ ਆਫਿਸਰਸ 'ਤੇ ਪਰਚਾ ਹੁੰਦਾ ਤਾਂ ਉਹਦੇ ਨਾਲ ਪੁਲਿਸ ਡੀਮੋਰਲਾਈਜ਼ ਹੋਊਗੀ। ਸੋ ਇਹਨਾਂ ਦੀ ਜਿਹੜੀ ਮੰਗ ਹੈ ਪੰਜਾਬ ਸਰਕਾਰ ਤਾਂ ਹੀ ਹੈਗੀ ਹੈ, ਉਹ ਜ਼ਰੂਰ ਇਹਨਾਂ ਦੀ ਮੰਗ ਮੁਤਾਬਕ ਅਸੀਂ DC ਸਾਹਿਬ ਦੇ ਰਾਹੀਂ ਪੰਜਾਬ ਸਰਕਾਰ ਨੂੰ ਭਿਜਵਾ ਦਿਆਂਗੇ। ਮਿਹਰਬਾਨੀ। ਮੈਂ ਬਿੱਟੂ ਮੱਲਣ, ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਜ਼ਿਲ੍ਹਾ ਆਗੂ। ਇਹ ਮਸਲਾ ਵੀਰ ਮੇਰਾ 2019 'ਚ ਵੀ ਲਹਿਰ ਚੱਲੀ ਸੀਗੀ ਪਿੰਡ ਕੋਟਲੀ ਦੇ ਵਿੱਚ। ਸਾਡੇ ਗਵਾਂਢ ਪਿੰਡ ਕਮੇਟੀਆਂ ਬਣੀਆਂ ਸੀ, ਪੂਰਾ ਸਿਖਰਾਂ 'ਤੇ ਕਮੇਟੀਆਂ ਸੀ, ਕੰਮ ਵੀ ਕਰਦੇ ਸੀ। ਉੱਥੇ ਨਸ਼ਾ ਤਸਕਰੀਆਂ ਨੇ ਉਹ ਮੁੰਡੇ ਦੇ ਪੱਟ 'ਚ ਫਾਇਰ ਮਾਰਿਆ ਗਿਆ, ਉਸ ਤੋਂ ਬਾਅਦ ਉਹਨੂੰ ਨੌਕਰੀ ਨਹੀਂ ਦਿੱਤੀ ਗਈ ਅਤੇ ਨਸ਼ਾ ਤਸਕਰੀ ਉਹ 'ਚੋਂ ਬਰੀ ਵੀ ਹੋ ਗਏ ਅਤੇ ਬਾਈ ਮੇਰਿਆ ਉੱਥੇ ਕਮੇਟੀਆਂ ਸਭ ਕੁਛ ਫੇਲ ਹੋ ਗਿਆ। ਇੱਕ ਵਾਰ ਫਿਰ 2023 'ਚ ਲਹਿਰ ਉੱਠੀ ਆ। ਹੁਣ ਕੀ ਆ, ਹੁਣ ਵਕੀਲ ਭਾਈਚਾਰਾ ਅਤੇ ਪੁਲਿਸ ਆਮੋ ਸਾਹਮਣੇ ਹੋ ਗਏ, ਅਸੀਂ ਕਿਸੇ ਦਾ ਪੱਖ ਨਹੀਂ ਪੂਰ ਰਹੇ। ਜੇ ਕਿਸੇ ਨੇ ਕੋਈ 19-21 ਕੀਤੀ ਹੈ, ਜੇ ਕੋਈ ਗੁਨਾਹਗਾਰ ਆ, ਉਹਦੀ ਪੜਤਾਲ ਕਰਕੇ ਲੋਕਾਂ ਦੇ ਵਿੱਚ ਲਿਆਂਦਾ ਜਾਵੇ, ਨਾ ਕਿ ਇਹ ਮੈਸੇਜ ਜਾਵੇ ਕੱਲ੍ਹ ਨੂੰ ਪੁਲਿਸ ਵਾਲੇ ਇਹ ਕਹਿਣ ਜਦੋਂ ਅਸੀਂ ਕਹੀਏ ਨਸ਼ੇ ਵਾਲੇ ਨੂੰ ਫੜੋ, ਉਹ ਕਹਿਣ ਸਾਡੇ 'ਤੇ ਤਾਂ ਮੁਕੱਦਮੇ ਦਰਜ ਕੀਤੇ ਜਾਂਦੇ ਆ, ਸਾਨੂੰ ਤਾਂ ਜੇਲ੍ਹਾਂ ਵਿਖਾਈਆਂ ਜਾਂਦੀਆਂ, ਅਸੀਂ ਸਾਡੇ ਹੱਥ ਖੜੇ ਨੇ। ਫਿਰ ਵੀਰ ਮੇਰੇ ਉਹ ਪੰਜਾਬ ਦਾ ਘਾਣ ਹੋ ਜੂਗਾ। ਜੇ ਪੰਜਾਬ ਨੂੰ ਬਚਾਉਣਾ ਸਾਰੇ ਇਕਜੁੱਟ ਹੋ ਜਾਓ, ਇਹਦੀ ਸਹੀ ਪੜਤਾਲ ਕਰਕੇ, ਜਾਂਚ ਕਰਕੇ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇ। ਇੱਕ ਮੰਗ ਪੱਤਰ ਵੀ ਤੁਸੀਂ ਦਿੱਤਾ DC ਸਾਹਿਬ ਨੂੰ, ਕੀ ਸਵੱਛ ਦਿੱਤਾ ਉਹਨਾਂ ਨੇ? ਇਹ ਵਿਸ਼ਵਾਸਨ ਦਿੱਤਾ ਵੀ ਪੰਜਾਬ ਸਰਕਾਰ ਨੂੰ ਅੱਗੇ ਪਹੁੰਚਾਵਾਂਗੇ, ਅਸੀਂ ਇਹ ਲਿਆਂਦਾ ਵੀ ਲੋਕਾਂ ਦੇ ਸਾਹਮਣੇ ਸਾਰੀ ਗੱਲ ਲਿਆਂਦੀ ਜਾਵੇ। ਵਕੀਲ ਭਾਈਚਾਰੇ ਨੂੰ ਵੀ ਬੇਨਤੀ ਕਰਦੇ ਹਾਂ ਵੀ ਹੜਤਾਲ ਤੋਂ ਜਿਹੜੀਆਂ ਰੱਖੀਆਂ ਉਹਨਾਂ ਨੇ ਇਹ ਬੰਦ ਕਰੋ, ਤੁਸੀਂ ਧੀਰਜ ਨਾਲ
ਇਹਦੇ ਹੋਰ ਬਹੁਤ ਤਰੀਕੇ ਨੇ ਜੇ ਮੁਰਜ਼ਮ ਨੂੰ ਸਜ਼ਾ ਦਿਵਾਉਣੀ ਹੈ, ਸਾਰੀ ਪੁਲਿਸ ਨੂੰ ਨਾ ਟਾਰਗੇਟ ਕੀਤਾ ਜਾਵੇ ਤਾਂ ਕਿ ਲੋਕਾਂ ਦਾ ਕਾਣ ਹੋ ਜਾਣਾ। ਇਸ ਕਰਕੇ ਦੋਨੇ ਧਿਰਾਂ ਜ਼ਿੰਮੇਵਾਰ ਨੇ ਅਤੇ ਇਸ ਮਸਲੇ ਨੂੰ ਸੁਲਝਾਇਆ ਜਾਵੇ। ਅੱਜ ਅਸੀਂ ਇੱਥੇ ਸਾਰੇ ਜਿਹੜੇ ਹੈਗੇ ਸ਼ਹਿਰ ਨਿਵਾਸੀ ਸਾਡੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਸੀ। ਇੱਕ ਮੰਦਭਾਗੀ ਖਬਰ ਇਹ ਆ ਵੀ ਸਾਡੇ ਜਿਹੜੇ ਕੁਛ ਇਮਾਨਦਾਰ ਅਫਸਰ ਸੀ ਜਿਨ੍ਹਾਂ ਨੇ ਚਿੱਟੇ ਦੇ ਖਿਲਾਫ ਲੜਾਈ ਲੜੀ ਤਾਂ ਉਹਨਾਂ ਨੇ ਮਤਲਬ ਜਿਹੜੇ ਹੈਗੇ ਸੀ ਮਤਲਬ ਇਸ ਚੀਜ਼ ਦੇ ਵਿੱਚੋਂ ਆਏ ਤਾਂ ਉਹਨਾਂ ਦੇ ਖਿਲਾਫ ਹੀ ਜਿਹੜਾ ਮਤਲਬ ਕਾਰਵਾਈ ਹੋ ਰਹੀ ਹੈ। ਸਾਨੂੰ ਇਹ ਦੇਖ ਕੇ ਬੜਾ ਦੁੱਖ ਲੱਗਿਆ ਕਿਉਂਕਿ ਸਾਰੇ ਜਿੰਨੇ ਕੁ ਅਸੀਂ ਜਾਣਦੇ ਹਾਂ ਉਹਨਾਂ ਬੰਦਿਆਂ ਨੂੰ ਉਹ ਬੜੇ ਇਮਾਨਦਾਰ ਬੰਦੇ ਆ ਅਤੇ ਇਸ ਚੀਜ਼ ਦੇ ਵਿੱਚ ਜੇਕਰ ਉਹਨਾਂ 'ਤੇ ਕੋਈ ਕਾਰਵਾਈ ਹੁੰਦੀ ਆ ਤਾਂ ਅੱਜ ਤੋਂ ਬਾਅਦ ਕਿਸੇ ਵੀ ਮੁਲਾਜ਼ਮ ਨੇ ਜਾਂ ਕਿਸੇ ਵੀ ਅਫਸਰ ਨੇ ਜਿਹੜੇ ਮਤਲਬ ਗਲਤ ਆਂਸਰ ਤੁਰੇ ਫਿਰਦੇ ਆ ਉਹਨਾਂ ਨੂੰ ਹੱਥ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ। ਤਾਂ ਸਾਡਾ ਮਨ ਬੜਾ ਦੁੱਖ ਹੋਇਆ ਵੀ ਇਸ ਮਸਲੇ ਦੇ ਵਿੱਚ ਵਕੀਲ ਸਾਹਿਬ ਜਿਹੜੇ ਹੈਗੇ ਵਕੀਲ ਉਹਨਾਂ ਨੇ ਅਲੱਗ ਮਤਲਬ ਇੱਕ ਸਟੈਂਡ ਲੈ ਲਿਆ, ਪੁਲਿਸ ਇੱਕ ਪਾਸੇ ਹੋ ਗਈ ਜਿਨ੍ਹਾਂ ਨੇ ਸਾਨੂੰ ਨਿਆਂ ਦਿਵਾਉਣਾ ਸੀ ਅਤੇ ਇਹਨਾਂ ਦੀ ਆਪਸ 'ਚ ਕੋਈ ਟਸਰ ਚੱਲ ਰਹੀ ਆ। ਤਾਂ ਅਸੀਂ ਇਹਨਾਂ ਦੋਵਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਤੁਸੀਂ ਬੈਠ ਕੇ ਇਹਨੂੰ ਨਿਬੇੜਾ ਕਰ ਲਓ। ਇਹਦੇ ਵਿੱਚ ਸਾਡੇ ਸ਼ਹਿਰ ਦਾ ਨੁਕਸਾਨ ਆ, ਸਾਡੇ ਸਮਾਜ ਦਾ ਨੁਕਸਾਨ ਆ, ਅਤੇ ਤੁਸੀਂ ਇਹਦੀ ਜਿਹੜੀ ਪ੍ਰੋਪਰ ਜਿਹੜੀ ਕਾਰਵਾਈ ਕੀਤੀ ਜਾਵੇ ਤਾਂ ਜੋ ਇਮਾਨਦਾਰ ਪੁਲਿਸ ਵਾਲੇ ਨੂੰ ਕਿਤੇ ਇਹ ਨਾ ਲੱਗੇ ਵੀ ਮੇਰੇ ਨਾਲ ਧੱਕਾ ਹੀ ਹੋ ਗਿਆ ਅਤੇ ਕੋਈ ਬੰਦਾ ਇਸ ਚਿੱਟੇ ਦੀ ਲੜਾਈ ਦੇ ਵਿੱਚ ਵੱਧ ਚੜ੍ਹ ਕੇ ਆਪਦਾ ਸੰਯੋਗ ਨਾ ਪਾਵੇ ਅਤੇ ਕਿਤੇ ਉਹ ਆਪਦੀ ਕੋਈ ਸਾਈਡ 'ਤੇ ਜਿਹੜੇ ਅਫਸਰ ਇਹ ਲੜਾਈ ਨੂੰ ਲੜਨੋਂ ਹਟ ਨਾ ਜਾਣ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼।